ਸਾਡੇ ਆਪਣੇ ਬਾਬਾ ਬੁੱਲੇ ਸ਼ਾਹ, ਬਾਬਾ ਬੁੱਲੇ ਸ਼ਾਹ ਦਾ ਨਾਮ ਜਿਨ੍ਹਾਂ ਨੇ ਸੁਣਿਆ ਤਾੜੀ ਵਜਾਓ। ਬਾਬਾ ਬੁੱਲੇ ਸ਼ਾਹ, ਥੈਂਕ ਯੂ। ਬਾਬਾ ਬੁੱਲੇ ਸ਼ਾਹ ਦੇ ਗੁਰੂ ਸ਼ਾਹ ਅਨਾਇਤ ਅਲੀ ਉਹ ਗੁੱਸੇ ਹੋ ਗਏ। ਉਹਨਾਂ ਨੇ ਕਿਸੇ ਸਿਆਣੇ ਬੰਦੇ ਨੂੰ, ਕਿਸੇ ਫਕੀਰ ਨੂੰ ਪੁੱਛਿਆ, ਬਾਬੇ ਬੁੱਲੇ ਸ਼ਾਹ ਨੇ, ਕਹਿੰਦੇ ਜੀ ਮੇਰਾ ਗੁਰੂ ਗੁੱਸੇ ਹੋ ਗਿਆ, ਉਹਨੂੰ ਕਿਵੇਂ ਮਨਾਇਆ ਜਾਵੇ। ਸਿਆਣਾ ਬੰਦਾ ਕਹਿੰਦਾ ਜੀ ਪਹਿਲਾਂ ਤਾਂ ਤੁਹਾਨੂੰ ਨੱਚਣਾ ਸਿੱਖਣਾ ਪੈਣਾ। ਕਹਿੰਦੇ ਫਿਰ ਗੁਰੂ ਮੰਨ ਜਾਏਗਾ? ਕਹਿੰਦੇ ਨਹੀਂ, ਪੈਰਾਂ 'ਚ ਘੁੰਗਰੂ ਵੀ ਪਾਉਣੇ ਪੈਂਦੇ। ਕਹਿੰਦੇ ਫਿਰ ਗੁਰੂ ਮੰਨ ਜਾਏਗਾ? ਉਹ ਬੰਦਾ ਕਹਿੰਦਾ ਬਿਲਕੁਲ ਮੰਨ ਜਾਏਗਾ। ਬਾਬਾ ਜੀ ਨਰਿੰਦਰਪਾਲ ਜੀ, ਨਰਿੰਦਰ ਜੀ, ਅੱਜ ਕੱਲ੍ਹ ਜੇ ਕਿਸੇ ਦਾ ਗੁਰੂ ਗੁੱਸੇ ਹੋ ਜਾਵੇ ਨਾ, ਉਹ ਨਾਲ ਦੇ ਸਾਥੀ ਨੂੰ ਪੁੱਛੇ ਗੁਰੂ ਗੁੱਸੇ ਹੋ ਗਿਆ, ਉਹ ਆਖੇਗਾ ਕੋਈ ਗੱਲ ਨਹੀਂ, ਬੜੇ ਗੁਰੂ ਤੁਰੇ ਫਿਰਦੇ ਰੋਣਾ, ਅਤੇ ਕੱਲ੍ਹ ਨੂੰ ਹੋਰ ਬਣਾ ਲਈ ਨਵਾਂ ਗੁਰੂ। ਐਕਚੁਅਲੀ ਲੋਕਾਂ ਨੂੰ ਗੁਰੂ ਦੀ ਪਰਿਭਾਸ਼ਾ ਦਾ ਹੀ ਨਹੀਂ ਪਤਾ, ਗੁਰੂ ਦਾ ਮਤਲਬ ਨਹੀਂ ਪਤਾ, ਕਿਉਂਕਿ ਹਰ ਰੁੱਸੇ ਗੁਰਮੇਲ ਸੇ, ਗੁਰ ਰੁੱਸੇ ਨਾ ਠੋਰ, ਹੈ ਜੋ ਗੁਰ ਕੋ ਜਾਣੇ। ਗੁਰੂ ਨੇ ਗੁਰੂ ਦਾ ਪਤਾ ਹੀ ਨਹੀਂ, ਜਿਨ੍ਹਾਂ ਨੇ ਗੁਰੂ ਦਾ ਦੀਦਾਰ ਹੀ ਨਹੀਂ ਕੀਤਾ। ਬਾਬੇ ਬੁੱਲੇ ਸ਼ਾਹ ਨੇ ਨੱਚਣਾ ਸਿੱਖਿਆ ਆਪਣੇ ਗੁਰੂ ਲਈ। ਬਾਬੇ ਬੁੱਲੇ ਸ਼ਾਹ ਨੇ ਪੈਰਾਂ ਦੇ ਵਿੱਚ ਝਾਂਜਰਾਂ ਪਾਈਆਂ ਆਪਣੇ ਗੁਰੂ ਲਈ। ਪਰ ਬਾਬਾ ਬੁੱਲੇ ਸ਼ਾਹ ਕਹਿੰਦੇ ਵੀ ਜੇ ਨੱਚ ਕੇ ਪੈਰਾਂ 'ਚ ਝਾਂਜਰਾਂ ਪਾ ਕੇ ਗੁਰੂ ਮੰਨ ਜਾਵੇ, ਸੌਦਾ ਬੜਾ ਸਸਤ ਹੈ। ਗੁਰੂ ਇੱਦਾਂ ਦੇ ਪਏ ਨੇ ਜਿਹੜੇ ਸਿਰ ਦਿੱਤੇ ਤੋਂ ਵੀ ਨਹੀਂ ਮੰਨਦੇ, ਕੋਈ ਕੀਮਤ ਨਹੀਂ। ਪਰ ਇਸ਼ਕ ਨਾਲ ਬਾਬੇ ਬੁੱਲੇ ਸ਼ਾਹ ਨੇ ਇਸ਼ਕ ਦੇ ਨਾਲ ਨੱਚਣਾ ਸਿੱਖਿਆ। ਓਏ ਦੋਸਤੋ, ਜਿਹੜਾ ਕੰਮ ਇਸ਼ਕ ਨਾਲ ਹੋਊਗਾ ਨਾ, ਇਸ਼ਕ ਹਕੀਕੀ ਅਤੇ ਇਸ਼ਕ ਮਜ਼ਾਜ਼ੀ ਦੋ ਕਿਸਮ ਦਾ, ਜਿਹੜਾ ਇਸ਼ਕ ਨਾਲ ਕੰਮ ਹੋਊਗਾ ਵਧੀਆ ਹੋਏਗਾ। ਜੇ ਕਿਤੇ ਸਾਡੀਆਂ ਭੈਣਾਂ ਦਾਲ ਸਬਜ਼ੀ ਲੂਣ ਮਿਰਚ ਮਸਾਲਾ ਆਟਾ ਉਹੋ ਹੀ ਹੁੰਦਾ, ਸਿਰਫ ਰੋਟੀ ਬਣਾਉਣ ਦਾ ਢੰਗ ਹੁੰਦਾ, ਜੇ ਕਿਤੇ ਰੋਟੀ ਇਸ਼ਕ ਨਾਲ ਬਣ ਜਾਵੇ ਉਹ ਕਹਿੰਦੇ ਨੇ ਬੜੀ ਸੋਹਣ। ਜੇ ਕਿਤੇ ਰੋਟੀ ਉੱਪਰਲੇ ਦਿਲ 'ਤੇ ਫੁੱਟ ਜਾਵੇ ਫਿਰ ਪਤਾ ਨਹੀਂ ਉਹ ਕਿੱਧਰ ਨੂੰ, ਕਦੇ 'ਚ ਲੂਣ ਘੱਟ ਪੈ ਜਾਵੇ, ਕਿਸੇ 'ਚ ਮਿਰਚ ਜ਼ਿਆਦਾ ਪੈ ਜਾਵੇ। ਪਰ ਬਾਬੇ ਬੁੱਲੇ ਸ਼ਾਹ ਨੇ ਆਪਣੇ ਗੁਰੂ ਨੂੰ ਮਨਾਇਆ। ਓਏ ਦੋਸਤੋ, ਸੋਹਣੀ ਮਹੀਵਾਲ ਦੇ ਨਾਲ ਉਹਨੂੰ ਇਸ਼ਕ ਸੀ, ਇਸ਼ਕ ਪੱਕਾ ਸੀ ਅਤੇ ਘੜਾ ਕੱਚਾ ਸੀ। ਉਹ ਕਹਿੰਦੀ ਕੋਈ ਪਰਵਾਹ ਨਹੀਂ, ਦੁਨੀਆਂ 'ਤੇ ਵਾਰ ਵਾਰ ਨਹੀਂ ਆਉਣਾ, ਘੜਾ ਬੇਸ਼ੱਕ ਕੱਚਾ ਪਰ ਅੱਜ ਮਹੀਵਾਲ ਨੂੰ ਮਿਲਣਾ। ਬਾਬੇ ਬੁੱਲੇ ਸ਼ਾਹ ਨੇ ਪੈਰਾਂ 'ਚ ਘੁੰਗਰੂ ਪਾਏ, ਨੱਚਣਾ ਸਿੱਖਿਆ। ਉਹ ਜਗ ਹੈ ਨਿਸ਼ਾਨਾ ਇਸ਼ਕ ਦਾ, ਘਰ ਘਰ ਫਸਾਨਾ ਇਸ਼ਕ ਦਾ, ਮੰਜ਼ਿਲ ਹੈ ਗਹਿਰੀ ਇਸ਼ਕ ਦੀ, ਵੱਖਰੀ ਕਚਹਿਰੀ ਇਸ਼ਕ ਦੀ, ਕਰਦਾ ਕਿਸੇ ਦਾ ਪੱਖ ਨਹੀਂ, ਕੁੱਲੀ 'ਚ ਛੱਡਦਾ ਤਰਖ ਨਹੀਂ, ਇਸ਼ਕ ਦੀ ਗੱਲ ਰੱਖਦਾ ਅਕਲ ਨਾਲ ਵਹਿ ਰਹੇ, ਕੁੱਤਿਆਂ ਦੇ ਚੁੰਮਦਾ ਪੈ ਰਹੇ, ਚਮੜਾ ਲਹਾਇਆ ਇਸ਼ਕ ਨੇ, ਫਿਰ ਬਾਬਾ ਪੁੱਲਾ ਨਚਾਇਆ ਇਸ਼ਕ ਨੇ।